ਪਿਆਰੇ ਸਾਧ ਸੰਗਤ ਜੀ, ਸਾਡੇ ਪਾਸ ਭਾਈ ਸਾਹਿਬ ਪਾਲ ਸਿੰਘ ਜੀ ਪਾਰਸ ਦਾ ਜੋ ਜਥਾ ਹੈ, ਉਹ ਦੋ ਦਿਨ ਪਹਿਲਾਂ ਗੁਰੂ ਘਰ ਪਹੁੰਚੇ ਹਨ। ਉਹਨਾਂ ਦਾ ਇਸ ਫੇਰੀ ਦਾ ਗੁਰੂ ਘਰ ਵਿਖੇ ਇਹ ਪਹਿਲਾ ਦੀਵਾਨ ਹੈ। ਇਹ ਜੋ ਜਥਾ ਹੈ ਸ਼੍ਰੀ ਗੰਗਾਨਗਰ ਤੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਗੁਰੂ ਘਰ ਵਿਖੇ ਸੇਵਾ ਕਰਦੇ ਆਏ ਹਨ। ਅਸੀਂ ਇਹਨਾਂ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਗੁਰੂਆਂ ਨੇ ਅੱਗੇ ਅਰਦਾਸ ਕਰਦੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਇਹ ਆਉਣ ਵਾਲੇ 6 ਮਹੀਨੇ ਗੁਰੂ ਘਰ ਵਿਖੇ ਸੇਵਾ ਕਰਨਗੇ। ਸੋ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਇਹਨਾਂ ਨੂੰ ਬਖਸ਼ਣ। ਭਾਈ ਸਾਹਿਬ ਪਾਲ ਸਿੰਘ ਦੇ ਨਾਲ ਭਾਈ ਸਾਹਿਬ ਜੀਤ ਸਿੰਘ ਜੀ ਜੋ ਇਹਨਾਂ ਦੀ ਸਾਈਡ 'ਤੇ ਹਨ, ਤਬਲੇ 'ਤੇ ਭਾਈ ਸਾਹਿਬ ਜਗਦੀਪ ਸਿੰਘ ਜੀ ਸਾਥ ਦੇ ਰਹੇ ਹਨ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਹੁਣ 1:10 ਤੱਕ ਇਹ ਆਪ ਨੂੰ ਕੀਰਤਨ ਰਾਹੀਂ ਹੱਲ ਕਰਨਗੇ। ਸੋ ਬੜੇ ਪਿਆਰ ਸੇ ਇਹਨੂੰ ਪਾਸੋਂ ਆਪਾਂ ਕੀਰਤਨ ਸਰਵਣ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਕਾ ਤਾਕ ਨਾ ਉਗੜੇ।
ਅਵਰ ਨਾਮ ਕੁੰਜੀ ਹੱਥ ਆਨੰਦ ਗੁਣੀ ਨਿਧਾਨ ਗੁਰੂ ਕਰੀ ਬਿਵਾਜ ਕਰੀ ਬਿਵਾਜ ਕਰੀ ਬਿਵਾਜ ਪਰਮ ਸਨਮਾਨ ਯੋਗ ਗੁਰੂ ਪਿਆਰ ਸਾਧ ਸੰਗਤ ਜੀਓ ਅੱਜ ਅਸੀਂ ਸਾਰੇ ਜੋ ਕਿ ਹੋਲਾ ਮਹੱਲਾ ਮਨਾ ਰਹੇ ਹਾਂ ਜਾਂ ਇਹ ਕਹਿ ਲਈਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜੋ ਹੈ ਹੋਲੀ ਤੋਂ ਹਟਾ ਕੇ ਸੱਚੇ ਰੰਗ ਦੇ ਨਾਲ ਜੋੜਨਾ ਕੀਤਾ ਹੈ। ਸੱਚਾ ਰੰਗ ਹੈ ਰਾਮ ਰੰਗ ਕਦੇ ਉਤਰ ਨਾ ਜਾਏ, ਪਰ ਗੁਰੂ ਦੀ ਬਖਸ਼ਿਸ਼ ਹੋਏ ਤਾਂ ਇਹ ਰੰਗ ਲੱਗਦਾ ਹੈ। ਗੁਰੂ ਸਮਰੱਥ ਹੈ, ਕਿਰਪਾ ਕਰ ਦੇਵੇ ਤੇ ਇਹ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਆਓ ਸਾਰੇ ਰਲ ਕੇ ਪੜੋ ਸ਼ਬਦ ਜੀ। ਗੁਰ ਸਮਰੱਥ ਦੇਵ, ਗੁਰ ਸਮਰੱਥ ਦੇਵ, ਸਮਰੱਥ ਦੇਵ, ਗੁਰ ਸਮਰੱਥ ਦੇਵ। ਸਮਰੱਥ ਦੇ
ਸਮਰੱਥ ਦੇ ਗੁਰ ਸਮਰੱਥ ਦੇ ਗੁਰ ਸਮਰੱਥ ਦੇਵ ਮਹਿਮਾਂ ਕਹੀ ਨਾ ਜਾਏ ਗੁਰ ਸਮਰੱਥ ਦੇ ਗੁਰ ਸਮਰੱਥ ਦੇ ਗੁਰ ਸਮਰੱਥ ਦੇ ਗੁਰ ਸਮਰੱਥ ਦੇ ਨਾਨਕ ਕੀ ਅਰਦਾਸ ਸੁਣੀ ਜੈ
नानक की अरदास सुनी जय केवल नाम Thank you.
ਅਰਦਾਸ ਸੁਣੀ ਜੈ ਕੇਵਲ ਨਾਮ ਲੈ ਕੇਵਲ ਨਾਮ ਲੈ ਸਹਿ ਵੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਲੈ ਅਰਦਾਸ ਸੁਣੀ ਜੈ ਕੇਵਲ ਨਾਮ ਲੈ ਕੇਵਲ ਨਾਮ ਲੈ ਕੇਵਲ ਨਾਮ ਲੈ ਮਹਿਦੀ ਜੈ।